ਸਤਿ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀ ਵੀ ਅਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ। ਬੀਤੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਜਿੱਥੇ ਵਾਲਮੀਕੀ ਭਗਵਾਨ ਵਾਲਮੀਕੀ ਚੌਂਕ ਦੇ ਵਿੱਚ ਸ਼ੂਜ਼ ਦੀ ਦੁਕਾਨ, ਜਿਹੜੀ ਜੁੱਤਿਆਂ ਦੀ ਦੁਕਾਨ ਸੀਗੀ, ਉੱਥੋਂ ਇੱਕ ਲੇਡੀ ਬੂਟ ਲੈ ਕੇ ਆਉਂਦੀ ਹੈ ਔਰ ਬੂਟ ਲੈਣ ਤੋਂ ਬਾਅਦ ਜਦੋਂ ਬਦਲਾਉਣ ਜਾਂਦੀ ਉਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਜਾਂਦਾ ਔਰ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਵੀ ਆਈਆਂ ਜੀ ਸਾਹਮਣੇ, ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਹੈ ਸੈਂਟਰ ਟਾਊਨ ਗੁਰਦੁਆਰਾ ਸਾਹਿਬ ਵਿੱਚ ਵਿਖੇ ਔਰ ਪੁਲਿਸ ਵੱਲੋਂ ਭਾਰਤ ਨਿਆਂ ਸੰਹਿਤਾ ਦੇ ਤਹਿਤ ਧਾਰਾਵਾਂ 115, 2, 74, 75, 79 ਅਤੇ 3, 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀਗਾ। ਪਰ ਮਾਮਲਾ ਜ਼ਰੂਰ ਦਰਜ ਕੀਤਾ ਗਿਆ, ਮਾਮਲਾ ਦਰਜ ਹੋਣ ਤੋਂ ਬਾਅਦ ਹਜੇ ਵੀ ਪੁਲਿਸ ਦੇ ਹੱਥ ਖਾਲੀ ਹੈ, ਕੋਈ ਵੀ ਗ੍ਰਿਫਤਾਰੀ ਜਿਹੜੀ ਹੈਗੀ ਉਹ ਨਹੀਂ ਹੋਈ। ਮੇਰੇ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਨਾਲ ਹੈਗੇ ਨੇ, ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਇੱਕ ਮਾਮਲਾ ਸਾਹਮਣੇ ਆਉਂਦਾ ਕਿਉਂਕਿ ਤੁਸੀਂ ਮਾਮਲੇ ਪ੍ਰੈਸ ਕਾਨਫਰੰਸ ਦੌਰਾਨ ਕਾਫੀ ਗਿਣਾਏ ਹੈਗੇ ਨੇ, ਪਰ ਜਿਹੜਾ ਬੀਤੇ ਦਿਨ ਮਾਮਲਾ ਆਉਂਦਾ ਮੁਸਲਿਮ ਲੜਕੀ ਦੇ ਨਾਲ ਜਿਹੜੀ ਕੁੱਟਮਾਰ ਹੁੰਦੀ, ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਤੁਸੀਂ ਇਲਜ਼ਾਮ ਵੀ ਲਗਾਏ ਦੂਜੀਆਂ ਪਾਰਟੀਆਂ ਦੇ ਉੱਤੇ, ਜਿਹੜੀ ਸਿੱਖ ਧਰਮ ਨੂੰ ਹੀ, ਇੱਕੋ ਪਾਰਟੀ ਚਲਾਈ ਜਿਹੜੀ ਆ ਸਿੱਖ ਧਰਮ ਨੂੰ ਹੀ ਬਿਲੋਂਗ ਕਰਦੀਆਂ ਨੇ, ਕੀ ਮਾਮਲਾ ਕੀ ਹੈਗਾ, ਕੀ ਕਿਉਂ ਇਹ ਜਿੱਦਾਂ ਵਿਤਕਰਾ ਜਿਹੜਾ ਹੈਗਾ ਉਹ ਕਿਉਂ ਹੋ ਰਿਹਾ? ਅਸਲ 'ਚ ਕੀ ਹੈ, ਇੱਕ ਜਥੇਬੰਦੀ ਜਿਹੜੀ ਹੈਗੀ ਆ ਕੁਛ ਬੰਦਿਆਂ ਦੀ ਸਾਜਿਸ਼ ਜਾਂ ਸ਼ਹਿਰ ਦੇ ਉੱਤੇ ਨਾ, ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਲਈ ਨਾ 2-3 ਵੱਡੇ ਕਾਰਨ ਬਣ ਚੁੱਕੀ ਹੈ। ਹੁਣ ਇਹ ਜਿਹੜਾ ਮੁਸਲਮਾਨ ਭੈਣ ਵਾਲਾ ਮਸਲਾ, ਉਹ ਤਾਂ ਰੀਸੈਂਟਲੀ ਮਸਲਾ ਹੈ। ਉਸ ਮਸਲੇ ਦੇ ਵਿੱਚ ਜਿਹੜੀ ਪੀੜਿਤ ਲੜਕੀ ਸੀਗੀ, ਇਹ ਸਾਡੇ ਕੋਲ ਆਪਣੀ ਗੁਹਾਰ ਲੈ ਕੇ ਆਈ ਕਿ ਮੇਰੇ ਨਾਲ ਬੇਇਨਸਾਫੀ ਹੋ ਰਹੀ ਹੈ, ਮੇਰੇ 'ਤੇ ਦਬਾਅ ਬਣਾਇਆ ਜਾ ਰਿਹਾ ਕਿ ਤੁਹਾਡੇ 'ਤੇ 295 ਦਾ ਪਰਚਾ ਕਰਨਾ ਹੈਗਾ ਅਤੇ ਤੁਸੀਂ ਸਾਡੇ ਇਸ ਮਸਲੇ 'ਚ ਸਾਡੀ ਮਦਦ ਕਰੋ। ਅਸੀਂ ਉਹਨਾਂ ਦੇ ਨਾਲ ਇਸ ਮਸਲੇ 'ਚ ਪੂਰੀ ਜਾਂਚ ਕੀਤੀ ਹੈ। ਜਿਹੜਾ ਉਹ ਲੜਕਾ ਹੈਗਾ ਸਰਦਾਰ ਬੱਚਾ, ਉਸ ਬੱਚੇ ਕੋਲੋਂ ਗਲਤੀ ਹੋਈ ਹੈ, ਦਿਲਪ੍ਰੀਤ ਕੋਲੋਂ ਉਸ ਲੜਕੇ ਦਾ ਨਾਂ ਦਿਲਪ੍ਰੀਤ ਆ, ਉਹਦੇ ਕੋਲੋਂ ਗਲਤੀ ਹੋਈ ਹੈ। ਉਦੋਂ ਅਸੀਂ ਸਬੂਤ ਮੰਗੇ ਕਿ ਬੇਟੇ ਜੇਕਰ ਕੋਈ ਸਬੂਤ ਹੈਗੇ ਤੇਰੇ ਕੋਲ, ਜੇ ਉਹਨਾਂ ਨੇ ਕੋਈ ਤੇਰੇ ਨਾਲ ਵਧੀਕੀ ਕੀਤੀ, ਅਸੀਂ ਉਹਨਾਂ 'ਤੇ ਵੀ ਐਕਸ਼ਨ ਕਰਾਉਂਦੇ ਹਾਂ, ਮਗਰ ਉਹਦੇ ਕੋਲ ਕੋਈ ਸਬੂਤ ਨਹੀਂ ਸੀਗਾ। ਅਤੇ ਤਾਲਮੇਲ ਕਮੇਟੀ ਜਿਹੜੀ ਉਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਸ 'ਚ ਬਾਰਗੇਨਿੰਗ ਕਰਨ ਲੱਗ ਪਈ, ਬਾਰਗੇਨਿੰਗ ਦੌਰਾਨ ਉਹਨਾਂ ਨੇ ਕੀ ਕੀਤਾ, ਇਹਨਾਂ ਨੂੰ ਮਜਬੂਰ ਕੀਤਾ ਕਿ ਜੇ ਤੁਸੀਂ ਰਾਜ਼ੀਨਾਮਾ ਕਰ ਲਓਗੇ ਸਾਡੇ ਮੁਤਾਬਕ, ਜਿੱਦਾਂ ਉਹ ਕਰਦੇ ਰਹੇ ਸ਼ਹਿਰ 'ਚ ਪਹਿਲੇ ਵੀ, ਤਾਂ ਫਿਰ ਠੀਕ ਹੈ, ਨਹੀਂ ਤਾਂ ਅਸੀਂ ਤੁਹਾਡੇ 'ਤੇ ਕਾਨੂੰਨੀ ਕਾਰਵਾਈ ਕਰਵਾ ਦਾਂਗੇ, ਜਿਸ ਕਰਕੇ ਉਹਨੂੰ ਭੱਜ ਦੌੜ ਪੈ। ਲਗਾਤਾਰ ਜਿੱਦਾਂ ਤੁਸੀਂ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ, ਲਗਾਤਾਰ ਜਿਹੜੀ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਹੈਗੇ ਨੇ, ਲਗਾਤਾਰ ਪੈਸੇ ਦੀ ਮੰਗ ਕਰਦੇ ਨੇ, ਕੇਸ ਨੂੰ ਖੁਰਦ ਪੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਵੱਲੋਂ, ਹੁਣ ਤੁਹਾਡੇ ਵੱਲੋਂ ਤੁਹਾਡੀ ਜਿਹੜੀ ਜਥੇਬੰਦੀ ਸੀ ਉਹਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਉਹਨਾਂ ਦੇ? ਅਸੀਂ ਇਹ ਦੱਸਿਆ ਕਿ ਇੱਕ ਸ਼ਰਾਬੀ, ਸਿਰ ਮੂੰਹ ਰੰਗਣ ਵਾਲਾ ਇਨਸਾਨ, ਪਤਿਤ ਬਚਲਨ, ਇੱਦਾਂ ਦਾ ਇਨਸਾਨ ਸਿੱਖਾਂ ਦਾ ਆਗੂ ਨਹੀਂ ਹੋ ਸਕਦਾ ਜਿਹੜਾ ਕਰੈਕਟਰਲੈਸ ਹੋਵੇ। ਇਸ ਕਰਕੇ ਅਸੀਂ ਉਹਨੂੰ ਆਪਣੇ ਅੱਜ ਗਲੋਂ ਲਾਹ ਦਿੱਤਾ ਹੋਇਆ। ਸਾਰੀ ਸਿੱਖ ਜਥੇਬੰਦੀਆਂ ਨੇ, ਸਿੰਘ ਸਭਾਵਾਂ ਨੇ, ਧਾਰਮਿਕ ਆਗੂਆਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ ਉਹਦਾ ਪੂਰਨ ਬਾਈਕਾਟ ਕੀਤਾ। ਇਸ ਕਰਕੇ ਅਸੀਂ ਉਸ ਬੰਦੇ ਦੇ ਨਾਲ ਨਹੀਂ ਹੈਗੇ ਹਾਂ, ਸਮਾਜ ਉਹਦੇ ਨਾਲ ਨਹੀਂ ਹੈਗਾ। ਜੇ ਉਸ ਦੇ ਬਾਵਜੂਦ ਵੀ ਕਾਨੂੰਨ ਦੀ ਸ਼ਾਹ 'ਤੇ ਉਹ ਗਲਤ ਕੰਮ ਕਰਦਾ, ਫਿਰ ਕਾਨੂੰਨ ਹੀ ਜ਼ਿੰਮੇਵਾਰ ਹੋਊਗਾ, ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਜੇ ਕੋਈ ਵਾਅਦਾ ਘਾਟਾ ਹੁੰਦਾ। ਅਤੇ ਜਿਹੜਾ ਮਾਮਲਾ ਮੁਸਲਿਮ ਲੜਕੀ ਵਾਲਾ ਹੈਗਾ ਜਾਂ ਹੋਰ 1-2 ਮਾਮਲੇ ਜਿਹੜੇ ਸਾਹਮਣੇ ਆਉਂਦੇ ਆ, ਉਹਨਾਂ ਮਾਮਲਿਆਂ ਨੂੰ ਕਿਵੇਂ ਵੇਖਦੀ ਆ ਤੁਹਾਡੀ ਜਥੇਬੰਦੀ, ਅਤੇ ਕੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇਨਸਾਫ਼ ਮਿਲੇਗਾ? ਅਸੀਂ ਹਰ ਉਸ ਮਜ਼ਲੂਮ ਪੀੜਤ ਦੇ ਨਾਲ ਖੜ੍ਹੇ ਹਾਂ, ਜਿਵੇਂ ਕਿ ਮੈਂ ਪ੍ਰੈਸ ਕਾਨਫਰੰਸ 'ਚ ਦੱਸਿਆ, ਕੋਈ ਵੀ ਤਰੀਕੇ ਦੀ ਵਧੀਕੀ ਜਿਹੜੀ ਉਹ ਨਾ ਬਰਦਾਸ਼ਤ ਹੋਊਗਾ, ਨਾ ਅਸੀਂ ਬਰਦਾਸ਼ਤ ਕਰਾਂਗੇ, ਨਾ ਦੁਬਾਰਾ ਹੋਣ ਦੇਵਾਂਗੇ, ਅਸੀਂ ਡਟੇ ਹੋਏ ਹਾਂ, ਅਸੀਂ ਡਟੇ ਰਹਾਂਗੇ। ਠੀਕ ਹੈ, ਧੰਨਵਾਦ ਗੱਲਬਾਤ ਕਰਨ ਲਈ। ਤਾਂ ਮੇਰੇ ਨਾਲ ਇੱਕ ਮਹਿਲਾ ਮੌਜੂਦ ਹੈਗੇ ਨੇ, ਇਹਨਾਂ ਦੇ ਨਾਲ ਵੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ, ਕਿਉਂਕਿ ਹਜੇ ਤੀਕਰ
ਇਹ ਵੀ ਉਸ ਜਿਹੜੀ ਇਹਨਾਂ ਦਾ ਜਿਹੜਾ ਝਗੜਾ ਹੋਇਆ ਸੀਗਾ ਕੁਝ ਸਮਾਂ ਪਹਿਲਾਂ, ਉਸ ਮਾਮਲੇ ਦੇ ਵਿੱਚ ਪੀੜਿਤ ਨੇ ਹਜੇ ਵੀ ਇਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਹਜੇ ਵੀ ਜੇ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਢੁੱਕਵੀਂ ਕਾਰਵਾਈ ਜਿਹੜੀ ਹਜੇ ਨਹੀਂ ਕੀਤੀ ਗਈ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ, ਸ਼ੋਰਟ 'ਚ ਥੋੜ੍ਹਾ ਜਿਹਾ ਦੱਸਿਓ। ਮੇਰੇ ਨਾਲ ਇਹ ਹੈ ਜੀ ਵੀਰ ਜੀ, ਮੈਨੂੰ ਕਿਹਾ ਗਿਆ ਕਿ ਮੇਰੇ ਛੋਟੇ ਛੋਟੇ ਬੱਚਿਆਂ ਨੇ ਇਹਨਾਂ ਦੀ ਕੁੜੀ ਨੂੰ 10 ਵਜੇ ਛੇੜਖਾਨੀ ਕੀਤੀ, ਜਦਕਿ ਮੇਰੇ ਬੱਚੇ ਉਸ ਟਾਈਮ ਸਕੂਲ ਸੀਗੇ। ਮੈਂ ਵਿਦ ਐਵੀਡੈਂਸ ਆਪਣੇ ਪੁਲਿਸ ਥਾਣੇ ਗਈ ਹਾਂ ਵੀ ਉਸ ਟਾਈਮ ਮੇਰੇ ਬੱਚੇ ਸਕੂਲ ਸੀਗੇ, ਬਟ ਮੇਰੀ ਕੋਈ ਸੁਣਵਾਈ ਨਹੀਂ। ਉਹ ਕੁੜੀ ਦੀਆਂ 3 ਆਲਰੇਡੀ ਕੰਪਲੇਂਟਾਂ ਮੇਰੇ ਕੋਲ, ਛੋਟੇ ਛੋਟੇ ਬੱਚਿਆਂ ਨੂੰ ਉਹ ਟਾਰਗੇਟ ਕਰਕੇ ਬਲੈਕਮੇਲ ਕਰਦੇ ਆ ਜੀ ਪੈਸੇ ਲਈ। ਉਸ ਤੋਂ ਬਾਅਦ ਇਹਨਾਂ ਦੇ ਬੇਟੇ ਨੇ ਆਪਣੇ ਘਰ 'ਤੇ ਹਮਲਾ ਕਰਾ ਕੇ ਸਾਨੂੰ ਚਾਰਿਆਂ 'ਤੇ ਰਾਤੋਂ ਰਾਤ ਤਾਲਮੇਲ ਕਮੇਟੀ ਨੂੰ ਵਿੱਚ ਪਾ ਕੇ ਝੂਠ ਸੱਚ ਦੱਸ ਕੇ ਉਹਨਾਂ ਨੂੰ ਸਾਡੇ 'ਤੇ ਪਰਚਾ ਕਰਾਤਾ। ਪਰ ਉਹ ਕੁੜੀ 'ਤੇ ਕੋਈ ਬਣਦੀ ਕਾਰਵਾਈ ਨਹੀਂ ਹੋ ਰਹੀ ਕਿ ਉਹ 7-8 ਬੱਚਿਆਂ ਨੂੰ ਇੱਕ ਹੀ ਗਲੀ ਦੇ ਵਿੱਚ ਟਾਰਗੇਟ ਕਰਕੇ ਛੋਟੇ ਬੱਚਿਆਂ ਨੂੰ ਬਲੈਕਮੇਲ ਕਰ ਰਹੀ। ਦੋ ਬੱਚਿਆਂ ਦੀ ਗੱਲ ਸਮਝਾਓ, ਜਿਹੜਾ ਮਾਮਲਾ ਦਰਜ ਕੀਤਾ ਸੀ ਕੀ ਧਾਰਾਵਾਂ ਦੇ ਤਹਿਤ ਮਾਮਲਾ, ਕਿੰਨਾ ਚਿਰ ਹੋ, ਕਿੰਨਾ ਸਮਾਂ ਕਿੰਨਾ ਹੋ ਗਿਆ? 2.5 ਮਹੀਨੇ ਹੋ ਗਏ ਆ ਵੀਰ ਜੀ। ਪਰ ਉਹ ਕੁੜੀ ਦੇ ਖਿਲਾਫ਼ ਜਾਂ ਉਹਦੇ ਬ੍ਰਦਰ ਦੇ ਖਿਲਾਫ਼ ਜਿਹੜਾ ਮਾਈਨਰ ਦਾ ਪਰਚਾ, ਜਿੱਦਾਂ ਮੇਰੇ ਬੇਟੇ ਦੇ ਸਿਰ 'ਚ ਕੜੇ ਮਾਰੇ, ਮੈਡੀਕਲ ਵੀ ਦਿੱਤਾ ਪਰ ਮੇਰੀ ਨਾ ਤਾਂ FIR ਲਿਖੀ ਗਈ ਨਾ ਮੇਰੇ ਬੇਟੇ ਦੇ, ਕਹਿੰਦੇ ਜੀ ਇੱਦਾਂ ਦੇ ਮੈਡੀਕਲ ਤਾਂ ਅਸੀਂ ਰੋਜ਼ ਕਰਾਈਦੇ ਆ। ਕੁੜੀ ਦੇ ਉੱਤੇ ਨਕੇਲ ਜੀ ਪੁਲਿਸ ਵਾਲਿਆਂ ਨੇ ਕਹੀ ਆ। ਕਿਹਦੀ ਸ਼ਹਿਰ ਤੇ ਕੰਮ ਕਰ ਰਹੀ ਪੁਲਿਸ ਭਾਜੀ? ਉਹਨਾਂ ਨੇ ਜਿਹੜਾ ਰਾਤੋਂ ਰਾਤ ਤਾਲਮੇਲ ਕਮੇਟੀ ਨਾਲ ਸੰਬੰਧ ਕਰਕੇ ਤੇ ਸਾਨੂੰ ਕੁਛ, ਕਿਸੇ ਨੇ ਸਾਡਾ ਦੂਸਰਾ ਪੱਖ ਪੁੱਛਿਆ ਨਹੀਂ। ਜਦ ਮੈਂ ਖੁਦ ਗਈ ਹਾਂ ਤੇ ਮੈਨੂੰ ਕਿਹਾ ਗਿਆ ਆ ਕਿ ਕੋਰਟ 'ਚ ਚਲੇ ਜਾਓ, ਕੋਰਟ 'ਚ ਆ ਹੁਣ ਤੁਹਾਡਾ ਮਾਮਲਾ ਜੋ ਹੋਊਗਾ ਉੱਥੇ ਹੋਊਗਾ। ਪਰ ਉਹ ਕੁੜੀ ਦੇ ਵੀ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਲੋਕਾਂ ਦੇ ਬੱਚਿਆਂ ਨੂੰ ਟਾਰਗੇਟ ਕਰਦੀ, ਸਕੂਲ ਬੈਠੇ ਬੱਚਿਆਂ ਨੂੰ ਬਦਨਾਮ ਕਰਦੀ ਆ। ਉਹਨਾਂ ਦਾ ਤੇ ਇਹ ਧੰਦਾ ਬਣਿਆ ਹੋਇਆ ਆ। ਬਸ ਮੇਰੀ ਗਲਤੀ ਇੰਨੀ ਆ ਕਿ ਮੈਂ ਮਹੱਲੇ ਦੇ ਵਿੱਚ ਸਾਰਿਆਂ ਦੇ ਸਾਈਨ ਕਰਾ ਕੇ ਉਹਦੇ ਖਿਲਾਫ਼ ਖੜੇ ਹੋਣ ਦੀ ਕੋਸ਼ਿਸ਼ ਕੀਤੀ, ਮੇਰੀ ਇੰਨੀ ਗਲਤੀ ਹੈ। ਇਸ ਕਰਕੇ ਮੈਨੂੰ, ਪੂਰੇ ਬੱਚਿਆਂ ਨੂੰ ਅਤੇ ਮੈਨੂੰ ਸਾਰਿਆਂ ਨੂੰ ਸਾਡੇ 'ਤੇ ਨਜਾਇਜ਼ ਪਰਚੇ ਲਵਾ ਦਿੱਤੇ ਇਹਨਾਂ ਨੇ। ਕੁਝ ਹੋਰ ਲੋਕ ਵੀ ਇਹ ਜਥੇਬੰਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਇੱਥੇ ਮੌਜੂਦ ਹੈਗੀਆਂ, ਉਹਨਾਂ ਦੀ ਸ਼ਰਨ 'ਚ ਆਏ ਨੇ ਕਿਉਂਕਿ ਮਾਮਲੇ ਕਾਫ਼ੀ ਸਾਰੇ ਹੈਗੇ ਔਰ ਨਾਮ ਇੱਕੋ ਇੱਕ ਜਥੇਬੰਦੀ ਦਾ ਆ ਰਿਹਾ ਸਿੱਖ ਤਾਲਮੇਲ ਕਮੇਟੀ ਦਾ, ਜਿਹੜੇ ਮੈਂਬਰ ਪੈਸੇ ਦਾ ਲੈਣ ਦੇਣ ਕਰਕੇ ਖੁਰਦ ਪੁਰਦ ਕਰਦੇ। ਅਸੀਂ ਨਹੀਂ ਕਹਿ ਰਹੇ, ਉਹ ਲੋਕ ਹੀ ਕਹਿ ਰਹੇ ਨੇ ਜਿਹੜੇ ਆਪਣੀਆਂ ਸ਼ਿਕਾਇਤਾਂ ਲੈ ਕੇ ਗੁਰਦੁਆਰਾ ਸਾਹਿਬ ਪੁੱਜੇ ਨੇ। ਤੁਹਾਡੇ ਨਾਲ ਕੀ ਮਾਮਲਾ ਹੋਇਆ ਸੀ? ਹਾਂਜੀ, ਅਸੀਂ ਬਸਤੀ ਮਿੱਠੂ ਤੋਂ ਹਾਂ। ਮੇਰੇ ਮਤਲਬ ਇੱਕ ਮੇਰਾ ਬਲਦਰ ਹੈ ਛੋਟਾ ਅਤੇ 2 ਸਾਡੇ ਗਵਾਂਢੀਆਂ ਦੇ ਬੱਚੇ ਹੈ, ਮਤਲਬ ਉਹ ਵੀ ਛੋਟੀ ਉਮਰ ਦੇ ਹੀ ਹੈ। 3 ਬਲਦਰ ਇਕੱਠੇ ਨੇ ਸਾਡੇ, ਉਹ ਤਿੰਨੋਂ ਹੀ ਅੰਦਰ ਹੈ ਕਿ ਬਸ ਸਿਰਫ ਇੱਕ ਪਾਣੀ ਦੇ ਪਿੱਛੇ ਲੜਾਈ ਹੋਈ। ਉਹ ਲੜਾਈ ਲੈ ਕੇ ਉਹ ਜਿਹੜੇ ਦੂਜੀ ਧੀਰ ਵਾਲੇ ਸੀਗੇ ਉਹ ਚਲੇ ਗਏ ਸਿੱਖ ਤਾਲਮੇਲ ਵਾਲੇ ਕੋਲ। ਉਹਨਾਂ ਦੇ ਵੱਲੋਂ ਕੋਈ ਵਿੱਕੀ ਖਾਲਸਾ ਸੀ, ਉਹਨੇ ਸਾਡੇ ਕੋਲ ਪੈਸਿਆਂ ਦੀ ਮੰਗ ਕੀਤੀ। ਅਸੀਂ ਇਨਸਾਫ਼ ਵਾਸਤੇ ਗਏ ਸੀ ਹਰਪਾਲ ਚੱਡਾ ਕੋਲ, ਉਹਨੇ ਸਾਡੀ ਗੱਲ ਨਹੀਂ ਸੁਣੀ ਗੀ। ਉਹ ਕਹਿੰਦੇ ਵਿੱਕੀ ਖਾਲਸਾ ਕਹਿੰਦਾ ਸਾਨੂੰ ਪੈਸੇ ਦੇ ਦਿਉ, ਅਸੀਂ ਤੁਹਾਡੀ ਪੈਸੇ ਲੈ ਕੇ ਅਤੇ ਹਰਪਾਲ ਚੱਡਾ ਨਾਲ ਗੱਲ ਕਰਾ ਦਾਂਗੇ ਵੀ ਫੈਸਲਾ ਹੋ ਜਾਏਗਾ। ਇਹ ਚੀਜ਼ ਸੀ। ਅੱਛਾ, ਬਾਰ ਬਾਰ ਜਿਹੜਾ ਸਿੱਖ ਤਾਲਮੇਲ ਕਮੇਟੀ ਦਾ ਹੀ ਨਾਮ ਸਾਹਮਣੇ ਆ ਰਿਹਾ, ਉਹੀ ਇਹ ਸਾਰੇ ਕੇਸਿਸ ਦੇ ਵਿੱਚ ਉਹੀ ਇਨਵੋਲਵ ਹੋ ਰਹੇ ਨੇ। ਮੈਂ ਕੋਸ਼ਿਸ਼ ਕਰਦਾ, ਜਿਨ੍ਹਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਸੀਗੀ ਅਤੇ ਜਿਹੜਾ ਕਿ ਅੱਜ ਵੀ ਉਹ ਮੁਸਲਿਮ ਭਾਈਚਾਰਾ ਜਿਹੜਾ ਹੈਗਾ ਆ ਜਿਨ੍ਹਾਂ ਨਾਲ ਝਗੜਾ ਹੋਇਆ ਸੀਗਾ, ਉਹ ਅੱਜ ਇਕੱਠੇ ਹੋਏ ਨੇ ਅਤੇ ਇਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਆਉਂਦੇ ਹੋ, ਜਿਹੜੀ ਜਥੇਬੰਦੀਆਂ ਨੇ ਅੰਗ ਸਿੰਘਾਂ ਦੀਆਂ ਇੱਥੇ ਇਕੱਠੀਆਂ ਹੋਈਆਂ, ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਅੱਜ ਫਿਰ ਦੁਬਾਰਾ ਕੀਤੀ, ਕੱਲ੍ਹ ਦੀ ਕਾਨਫਰੰਸ ਤੋਂ ਬਾਅਦ ਕੀ ਘਟਿਆ ਤੁਹਾਡੇ ਨਾਲ, ਕੀ ਵਾਪਰਿਆ ਸੀਗਾ? ਮਾਮਲਾ ਇਹ ਹੋਇਆ ਹੈ ਕਿ ਉਹ ਕੱਲ੍ਹ ਕੀ ਕਾਨਫਰੰਸ ਕੇ ਸਾਥ ਮੇਂ ਵੋ ਲੋਕ ਹਮ ਪੇ ਦਬਾਅ ਡਾਲ ਰਹੇ ਹੈਂ। ਕੌਨ ਲੋਕ? ਜੋ ਜਿਨ੍ਹੋਂਨੇ ਮੁਝੇ ਮਾਰਾ ਹੈ, ਪੀਟਾ ਹੈ, ਜੋ ਉਨਕੇ ਸਾਥ ਜਿਨ੍ਹੋਂਨੇ ਹਮੇਂ ਮਾਰਾ ਹੈ, ਜੋ
जिन्होंने हम पे जुल्म किया है वो लोग हम पे दबाव डाल रहे हैं कि या तो राजीनामा करो वरना तो तुम्हें भी अंदर पहुंचा देंगे। वो प्रेशर दलवा रहे हैं हम पे। फोन आ रहे हैं आपको? हाँ जी फोन आ रहे हैं हमें लगातार। हमें किसी का नाम नहीं पता लेकिन हमें फोन आ रहा है, हमने फोन उठाना बंद कर दिया। अच्छा, क्या कहते हैं फोन पे? के बस वो ये कह रहे हैं कि राजीनामा करो वरना तो फिर आपको भी अंदर कर दिया जाएगा। क्या बोल रहे? राजीनामा करो वरना तो आपको भी अंदर कर दिया जाएगा। अच्छा, जो उनकी दिलप्रीत के खिलाफ जो आपके FIR लॉन्च की है उस पर धाराएं तो लगा ली है भारतीय न्याय संहिता के आधार पर, उन पर धाराएं लगाकर पर्चा तो दर्ज हो गया, FIR दर्ज होगी, मगर उनकी गिरफ्तारी नहीं हुई, इसका क्या कारण? हाँ जी, मैं ये कहना चाहती हूँ अपने सिख भाइयों से, अपने प्रशासन से, अपनी पुलिस से और अपने समाज से कि जुल्म के खिलाफ आप सब आवाज़ उठाएं, मेरे साथ खड़े हों और उन जालिमों को अंदर कराएं जिससे ये दोबारा से किसी औरत के ऊपर हमला ना करे, उसकी इज्जत को बेआबरू ना करे, उसे मारे पीटे ना। हमारे समाज का जो अनुशासन है वो बना रहे, हर तरीके से सामान जो औरत का सम्मान दिया जाता है, इज्जत दी जाती है, वही मिले उसे, उसे बेइज्जत ना किया जाए, उसके साथ इंसाफ हो। मैं उन सभी औरतों के साथ, उन सभी बहनों के लिए खड़ी हूँ जिनके साथ जुल्म हो रहा है, मैं जुल्म के खिलाफ खड़ी हूँ। मैं चाहती हूँ उस जालिम को जल्दी से जल्दी अरेस्ट किया जाए और उसे सजा मिले, इंसाफ मिले हमें। अजूब किमें देख दियो, क्योंकि FIR दर्ज हो गई या BNS के तहत धारावां लगा के मामला दर्ज हो गया, गिरफ्तारी क्यों नहीं हो रही, की कारण की है? भाजी असी इसी करके भी जी है ना, मैं तुम दस दवा जी वीडियो सी असी फस्ट डे तो वीडियो जी वायरल नहीं की, नहीं की थी। क्यों नहीं की थी? कि सिख भाईचारे की बेइज्जती ना हो, मुस्लिम भाईचारे की औरत की बेइज्जती ना हो। असी अपनी की आ प्यार मुहब्बत दिखाया, इन्होंने की किया परचा दर्ज होने तो बाद जो 4 नंबर थाने के बाद धरना लाया, उस फिर गाली गलोच की गई, फिर गाली गलोच की गई, दबाने की कोशिश की गई। इस करके सानू आना पाया कि सिख भाईचारे के मन के मुसलमान प्रति कोई नफरत ना पैदा हो, कि उन्होंने केसा की बेअदबी की है या दाढ़ी की बेअदबी की या दस्तार की बेअदबी की है, इस करके तुम मीडिया का सहारा लेना पाया। जानी कि भाईचारे की साख बचाने करके थोड़ा जहा लको रखा भी, लको रखा जिन्ना भी इस चीज न लुकोया जा सके लुको लीए, ताकि बिल्कुल अपना। इस करके हम बेनती एक मैं पुलिस प्रशासन को बेनती करता, एक तो कि जोड़े परचा पाउन का दबाव पा रहे, क्यों पाउन का परचा दबाव पाउन डे कि यहाँ क्रॉस हो जाए तो राजीनामा हो जाए। देखो आप सारे पता ही है इतने सारिया गल गई है, ठीक है नी, कि राजीनामा जोड़ा आ ठीक है नी, हर केसा में राजीनामे हो जाते हैं, राजीनामे का एक तरीका होंगे, एक बने पूरे तुम एफर्ट करते पे हाँ, एक बने तुम पूरा जोर लगा रहे हो, एक बने तुम सू परोच भी करते हो राजीनामे की, ठीक नहीं, एक बने तुम धरना ला के गाली गलोच भी कर रहे हो, एक बने तुम परोच भी कर रहे, गल एक होनी चाहिए आ। अगर इन्हें बेअदबी की असं चाहते एक प्रूफ दे दें, आने तक ये जेल होनी सी, हसबेंड जो घर वाला यह भी जेल होना सी। इस करके प्रशासन ने जिहड़ा कीता आ बहुत वधिया काम कीता, उन्होंने इंसाफ किया। अगली जिहड़ी गल आ, एक उहदे ब्रदर का नाम नहीं बिच मैनशन किया, नहीं किया, एक नाम से परचा दर्ज किया हाँ, तो दूजा उन्होंने अनपछाता पाता, वह तो साफ जाहिर होन डिया, पहला मारकुट करता पाया, जो इन्हें वीडियो बनानी शुरू कर दी फिर बचा च आया, पहला मारकुट करता पाया। मैं बेनती करता अरैसट किया जाए, अरैसट किया जाए तो इनू जिहड़ा की इंसाफ मिले। दूजी गल मैं सिख जथेबंदियां ना साडा भाईचारा इस करके इकट्ठे हुए हैं, इन्हां दे
ਭਾਈਚਾਰੇ ਜਿਹੜੇ ਸਿੱਖ ਭਾਈਚਾਰੇ ਨਾਲ ਸਾਡਾ ਬਹਿਣਾ ਉੱਠਣਾ ਆ। ਇਸ ਕਰਕੇ ਅਸੀਂ ਆਪਣੀ ਗੱਲ ਰੱਖੀ ਆ ਹਰਜਿੰਦਰ ਜਿੰਦਾ ਜੀ ਆ, ਗੁਰਮੀਤ ਬਿੱਟੂ ਜੀ ਆ, ਸਾਰੇ ਜਿਹੜੇ IAS ਬੱਗਾ ਜੀ ਆ, ਸਾਜਨ ਚਾਵਲਾ ਜੀ, ਇਹਨਾਂ ਕੋਲ ਅਸੀਂ ਆਪਣੀ ਗੱਲ ਇਸ ਕਰਕੇ ਰੱਖੀ ਆ, ਅਸੀਂ ਕੱਲ੍ਹ ਨੂੰ ਇਹਨਾਂ ਵਿੱਚ ਬਹਿਣਾ, ਉਹ ਸਾਨੂੰ ਟੇਢੀ ਅੱਖ ਨਾਲ ਨਾ ਦੇਖਣ, ਅਸੀਂ ਆਪਣੇ ਪ੍ਰੂਫ ਲੈ ਕੇ ਆਏ ਹਾਂ। ਇਸ ਕਰਕੇ ਪ੍ਰੂਫ ਲੈ ਕੇ ਆਏ ਹਾਂ, ਦੁੱਧ ਦੁੱਧ ਪਾਣੀ ਦਾ ਪਾਣੀ ਹੋਵੇ। ਇਹਨਾਂ ਨੇ ਦੂਜੀ ਪਾਰਟੀ ਸਿੱਖ ਭਾਈਚਾਰੇ 'ਚ ਬੰਦਾ ਆਇਆ ਦਿਲਪ੍ਰੀਤ, ਲੇਕਿਨ ਸਿੱਖਾਂ ਨੇ ਸਾਡੇ ਨਾਲ ਖੜ ਕੇ ਸਾਡਾ ਮਾਣ ਵਧਾਇਆ। ਉਹ ਕਹਿੰਦੇ ਅਸੀਂ ਧਰਮ ਨੂੰ ਨਹੀਂ ਦੇਖਣਾ, ਅਸੀਂ ਇਨਸਾਫ਼ ਨੂੰ ਦੇਖਣਾ। ਜੋ ਗੁਰੂਆਂ ਨੇ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਆ ਕਿ ਤੁਸੀਂ ਮਜ਼ਲੂਮਾਂ ਦੀ, ਔਰਤਾਂ ਦੀ ਰੱਖਿਆ ਕਰਨੀ ਆ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਵੀ ਆ, ਅੱਜ ਉਹ ਸਾਨੂੰ ਵਿਸ਼ਵਾਸ ਦਾ ਅਸੀਂ ਖੁਸ਼ ਵੀ ਹਾਂ। ਅਸੀਂ ਕਿਸੇ ਦੇ ਨਾਲ, ਇਹ ਕਹਿੰਦੇ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਜਿਹੜਾ ਦੋਸ਼ੀ ਉਹ 'ਤੇ ਕਾਰਵਾਈ ਹੋਣੀ ਚਾਹੀਦੀ। ਠੀਕ ਹੈ, ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਸਨ ਪੀੜਿਤ ਪਰਿਵਾਰ, ਇੱਕ ਨਹੀਂ ਹੈਗਾ, ਬਹੁਤ ਸਾਰੇ ਪੀੜਿਤ ਪਰਿਵਾਰ ਹੈਗੇ ਨੇ ਜਿਨ੍ਹਾਂ ਨੇ ਅੱਜ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਪ੍ਰੈਸ ਵਾਰਤਾ ਕੀਤੀ ਆ। ਔਰ ਨਾਲ ਦੀ ਨਾਲ ਜਿਹੜੇ ਹਰਜਿੰਦਰ ਸਿੰਘ ਜਿੰਦਾ ਹੈ, ਉਹਨਾਂ ਨੇ ਇਹ ਵੀ ਗੱਲ ਨਾਲ ਦੀ ਨਾਲ ਕਲੀਅਰ ਕਰ ਦਿੱਤੀ ਕਿ ਸਿੱਖ ਤਾਲਮੇਲ ਕਮੇਟੀ ਵੱਲੋਂ ਦਾ ਜਿਹੜਾ ਬਾਈਕਾਟ, ਉਹਨਾਂ ਦੀਆਂ ਤਮਾਮ ਜਥੇਬੰਦੀਆਂ ਵੱਲੋਂ ਬਾਈਕਾਟ ਕੀਤਾ ਜਾਂਦਾ। ਰਹੀ ਗੱਲ ਮੁਸਲਿਮ ਲੜਕੀ ਦੀ, ਜਿਹਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀਗਾ, ਭਾਰਤ ਨਿਆਂ ਸੰਹਿਤਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ, ਗ੍ਰਿਫਤਾਰੀ ਨਹੀਂ ਹੋਈ, ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ, ਜਲਦ ਗ੍ਰਿਫਤਾਰੀ ਵੀ ਹੋ ਜਾਏਗੀ। ਨਵੀਂ ਤੇ ਤਾਜ਼ਾ ਅਪਡੇਟ ਲਈ ਜੁੜੇ ਲੋ ਦੈਨਿਕ ਸਵੇਰਾ ਟੀਵੀ ਨਾਲ, ਮੈਨੂੰ ਦਿਓ ਇਜਾਜ਼ਤ, ਧੰਨਵਾਦ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।